ਬ੍ਰੈਂਪਟਨ ਦੇ ਵਿੱਚ ਅਪਰਾਧ ਬਹੁਤ ਜ਼ਿਆਦਾ ਵੱਧ ਗਿਆ, ਇਸੇ ਦੇ ਚੱਲਦਿਆਂ ਅਪਰਾਧ ਦੇ ਬਹੁਤ ਸਾਰੇ ਮਾਮਲੇ ਸੁਣਨ ਨੂੰ ਮਿਲਦੇ ਨੇ, ਪਰ ਪੁਲਿਸ ਦੇ ਵੱਲੋਂ ਵੀ ਇਹਨਾਂ ਉੱਤੇ ਠੱਲ ਪਾਉਣ ਦੇ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਨੇ। ਇਸੇ ਦੇ ਚੱਲਦਿਆਂ ਬ੍ਰੈਂਪਟਨ ਦੇ ਵਿੱਚ ਮੰਗਲਵਾਰ ਸਵੇਰੇ ਪੀਲ ਰੀਜਨਲ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਾਨਫਰੰਸ ਦੇ ਵਿੱਚ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਡਕੈਤੀਆਂ ਕਰਨ ਵਾਲੇ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਗਿਣਤੀ 18 ਹੈ, ਜਿਨ੍ਹਾਂ ਦੇ ਵਿੱਚ ਇੱਕ ਪੰਜਾਬੀ ਵੀ ਸ਼ਾਮਲ ਹੈ ਜੋ ਕਿ ਬ੍ਰੈਂਪਟਨ ਦਾ ਰਹਿਣ ਵਾਲਾ ਹੈ ਅਤੇ 26 ਸਾਲ ਦੀ ਉਸਦੀ ਉਮਰ ਹੈ, ਇੰਦਰਪਾਲ ਢਿੱਲੋਂ। ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸਦੇ ਖਿਲਾਫ ਕੀ ਦੋਸ਼ ਲਗਾਇਆ ਗਿਆ ਆਓ ਜਾਣਦੇ ਹਾਂ। ਪੁਲਿਸ ਦਾ ਕਹਿਣਾ ਹੈ ਕਿ ਪੀਲ ਰੀਜਨ ਵਿੱਚ ਹਿੰਸਕ ਘਰੇਲੂ ਹਮਲਿਆਂ, ਕਾਰ ਜੈਕਿੰਗ ਅਤੇ ਡਕੈਤੀਆਂ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਗਏ 18 ਸ਼ੱਕੀ ਬ੍ਰੈਂਪਟਨ ਅਤੇ ਮਿਸੀਸਾਗਾ ਤੋਂ ਬਾਹਰ ਚੱਲ ਰਹੇ ਸੰਗਠਿਤ ਅਪਰਾਧਿਕ ਨੈਟਵਰਕ ਨਾਲ ਜੁੜੇ ਹੋਏ ਹਨ। ਮੰਗਲਵਾਰ ਸਵੇਰੇ ਪ੍ਰੈਸ ਕਾਨਫਰੰਸ ਦੌਰਾਨ ਪੀਲ ਰੀਜਨਲ ਪੁਲਿਸ ਨੇ ਪ੍ਰੋਜੈਕਟ ਵਾਲ ਲੌਕ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ। ਖੇਤਰ ਵਿੱਚ 1 ਦਰਜਨ ਤੋਂ ਵੱਧ ਘਰਾਂ ਦੇ ਹਮਲਿਆਂ, ਹਥਿਆਰਬੰਦ ਡਕੈਤੀਆਂ ਅਤੇ ਕਾਰ ਜੈਕਿੰਗ ਦੀ 6 ਮਹੀਨਿਆਂ ਦੀ ਜਾਂਚ ਬਾਰੇ ਚਾਨਣਾ ਪਾਇਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਕੁੱਲ 150 ਅਪਰਾਧਿਕ ਦੋਸ਼ ਲਗਾਏ ਗਏ ਹਨ। ਦੋਸ਼ਾਂ ਵਿੱਚ ਡਕੈਤੀ, ਇਰਾਦੇ ਨਾਲ ਭੇਸ ਬਦਲਣਾ, ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਸ਼ਾਮਲ ਹੈ। ਪੁਲਿਸ ਨੇ ਕਿਹਾ ਕਿ ਨਵੰਬਰ 2023 ਅਤੇ ਜਨਵਰੀ 2024 ਦੇ ਵਿਚਕਾਰ ਅਧਿਕਾਰੀਆਂ ਨੇ ਬ੍ਰੈਂਪਟਨ ਵਿੱਚ 8 ਹਿੰਸਕ ਡਕੈਤੀਆਂ ਦੀ ਜਾਂਚ ਕੀਤੀ, ਜਿਸ ਵਿੱਚ ਘਰੇਲੂ ਹਮਲੇ, ਕਾਰਜੈਕਿੰਗ ਅਤੇ ਵਪਾਰਕ ਡਕੈਤੀਆਂ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਲਗਭਗ 12 ਚੋਰੀ ਹੋਏ ਵਾਹਨ, ਜਿਨ੍ਹਾਂ ਦੀ ਕੀਮਤ $1.2 million ਹੈ ਅਤੇ $55,000 ਤੋਂ ਵੱਧ ਕੀਮਤ ਦੀਆਂ ਚੋਰੀ ਦੀਆਂ ਲਗਜ਼ਰੀ ਵਸਤੂਆਂ ਬਰਾਮਦ ਕੀਤੀਆਂ ਗਈਆਂ। 4 ਵਰਜਿਤ ਹਥਿਆਰ ਵੀ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਸੰਯੁਕਤ ਰਾਜ ਅਮੈਰੀਕਾ ਵਿੱਚ ਵਾਪਸ ਲੱਭੇ ਜਾ ਸਕਦੇ ਨੇ। ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰੱਪੀਆ ਨੇ ਕਿਹਾ ਕਿ ਘਰਾਂ 'ਤੇ ਹਮਲੇ, ਕੁਝ ਮਾਮਲਿਆਂ ਵਿੱਚ ਪੀੜਤਾਂ ਨੂੰ ਉਹਨਾਂ ਦੇ ਬਿਸਤਰੇ 'ਤੇ ਲੇਟਣ ਦੌਰਾਨ ਹਥਿਆਰਾਂ ਨਾਲ ਧਮਕਾਇਆ ਜਾਂਦਾ। ਉਹਨਾਂ ਕਿਹਾ ਕਿ ਕੁਝ ਹਿੰਸਕ ਘਟਨਾਵਾਂ ਦੌਰਾਨ ਬੱਚੇ ਵੀ ਮੌਜੂਦ ਸਨ। ਇਕੱਲੇ 2024 ਦੇ ਵਿੱਚ ਪੀਲ ਖੇਤਰ ਵਿੱਚ 87 ਕਾਰ ਜੈਕਿੰਗ ਹੋਏ ਹਨ, ਜੋ ਕਿ ਸਾਲ ਦਰ ਸਾਲ 58% ਦਾ ਵਾਧਾ ਹੋਇਆ। 2024 ਵਿੱਚ ਪੀਲ ਵਿੱਚ 54 ਘਰੇਲੂ ਹਮਲੇ ਹੋਏ ਹਨ, ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 350% ਵੱਧ ਹਨ। ਦੱਸਦੇ ਕਿ ਗ੍ਰਿਫਤਾਰ ਕੀਤੇ ਗਏ 18 ਸ਼ੱਕੀਆਂ ਵਿੱਚੋਂ ਇੱਕ ਪੰਜਾਬੀ ਹੈ, ਬ੍ਰੈਂਪਟਨ ਦੇ ਰਹਿਣ ਵਾਲੇ 26 ਸਾਲਾ ਇੰਦਰਪਾਲ ਢਿੱਲੋਂ, ਜੋ ਆਪਣੀ ਗ੍ਰਿਫਤਾਰੀ ਦੇ ਸਮੇਂ ਸਰਵਿਸ ਓਨਟਾਰੀਓ ਦਾ ਕਰਮਚਾਰੀ ਸੀ। ਉਸ 'ਤੇ ਜਨਤਕ ਅਧਿਕਾਰੀ ਦੁਆਰਾ ਵਿਸ਼ਵਾਸ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ। ਮੁਖੀ ਦੁਰੇਪੀਆ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਨਿਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਦੀ ਭਾਵਨਾ ਨੂੰ ਡਰਾਉਂਦੀ ਹੈ ਅਤੇ ਤੋੜ ਦਿੰਦੀ ਹੈ। ਹਰ ਕੋਈ ਆਪਣੇ ਘਰਾਂ, ਕਾਰਾਂ ਅਤੇ ਕੰਮ 'ਤੇ ਸੁਰੱਖਿਅਤ ਰਹਿਣ ਦਾ ਹੱਕਦਾਰ ਹੈ। ਸਾਡੇ ਭਾਈਚਾਰੇ ਵਿੱਚ ਇਸ ਕਿਸਮ ਦੇ ਅਪਰਾਧ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਪੀਲ ਖੇਤਰੀ ਪੁਲਿਸ ਗੈਰ ਕਾਨੂੰਨੀ ਹਥਿਆਰਾਂ ਨੂੰ ਜ਼ਬਤ ਕਰਨ, ਨਿਵਾਸੀਆਂ ਨੂੰ ਡਰਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਅਤੇ ਅਪਰਾਧ ਨੂੰ ਰੋਕਣ ਲਈ ਸਭ ਕੁਝ ਕਰੇਗੀ। ਬਿਊਰੋ ਰਿਪੋਰਟ, ਹਮਦਰਦ TV।